ये रुबीना बीबी है जी, 47 पे। इसके बाद है जी अंसर बीबी दुख्तर मोहम्मद यूसुफ बस्ती खैर मोहम्मद वाला से। अंसर बीबी दुख्तर मोहम्मद यूसुफ बस्ती खैर मोहम्मद वाला तहसील करोड़ पक्का। जो बैटरी असिस्टेंट के कंसर्न उसे आगे भी रिक्वेस्ट की थी कि उनके अटेंडेंट्स को आना पड़ रहा है, ये जिम्मेदारी मुतलका बैटरी असिस्टेंट की है कि वो व्हील चेयर वो लेके आए उसको काउंटर तक लेके जाए। अंसर बीबी टैग नंबर 3 रुबीना गाय निकली है इनकी। सनम बीबी डॉक्टर आबिद हुसैन अंसर बीबी टैग नंबर 17 इनकी दुधेल भैंस निकली है। इसके बाद शोरा बीबी जोजा मंजूर अहमद बस्ती गोड भाड़ से। बच्ची से उठा लो, खुद उठा लो एक बच्ची। हाँ हाँ ठीक है। क्या नाम? सनम बीबी टैग नंबर 25 इनकी दुधेल गाय निकली है। आयशा बीबी डॉक्टर सादिया तारिक नौशा गिलानी से। सूरा बीबी टैग नंबर 5 इनकी दुधेल भैंस अपना देसो वल पर जीते दूसरा हट वन जो भाई आयशा बीबी उनसे करवानी बैटिंग 5-1 रन पर 53 तक हो गए। चेयरमैन साहब आपके आए बस में आप जाके पप्पा का आप जाके नया साथ जा रहे आपकी इजाजत से सर अगर मैं सराकी में मुझे इजाजत दें तो लोगों को बेहतर समझ आएगी। मैंने अम्मा मामा तो बहने बैठक दिया है तकरीब पहले शुरू ठीक ही है चेयरमैन साहब एक इंतहाई खसो जरूरी मीटिंग के बिच हम पाए थे उन्होंने बड़ी मेहरबानी फरमाई है ऐसा कोई इज्जत बख्शी है आज के मेहमान है खसूसी चेयरमैन जिला कौंसल लोधरा तशरीफ गिना चुके हैं। जिमें कि पहले तो आपको आज के प्रोजेक्ट के बारे में जानवर की तकसीम के बारे में मेरी अम्मा जी ने स्पेशल खवातीन मावी भेड़िया उन्होंने बारे में दस दिता गया है कि हुकूमत पंजाब का यह मनसूबा अपने अवामी नुमाइंदगान की सरबराही के स्पेशल खवातीन जो अम्मा भेड़िया जो सोशल प्रोटेक्शन अथॉरिटी के खिदमत कार्ड होल्डर है पहले ऑलरेडी खिदमत कार्ड के रजिस्टर्ड है उन्हें वास्ते प्रोग्राम तश्कील दिता गया उन्होंने गिजाई जरूरत उन्होंने को माली कफालत करने वास्ते हुकूमत पंजाब ने तारीख के पहला अजीम शान मनसूबा वज़ीर आला पंजाब की हिदायत के मुताबिक सैक्रेटरी लाइफ स्टॉक हुकूमत पंजाब की सरबराही पूरे पंजाब के छतरी अदलात शुरू है। ये सोशल प्रोटेक्शन अथॉरिटी की रजिस्टर्ड लिस्ट के 58 मेरे अम्मा भेड़ी जो स्पेशल खवातीन रजाए इलाही वो माजूर है कहीं भी वजह को उन्हें गिजाई जरूरत को पूरी करने वास्ते
ਉਹਨਾਂ ਦੇ ਬੱਚਿਆਂ ਦੀ ਗਿਜ਼ਾਈ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ, ਉਹਨਾਂ ਦੀ ਮਾਲੀ ਕਫਾਲਤ ਵਾਸਤੇ ਅਤੇ ਉਹਨਾਂ ਦੇ ਮਾਲੀ ਮੁਨਾਫੇ ਵਾਸਤੇ ਹਕੂਮਤ ਦੇ ਪੰਜਾਬ ਦੇ ਇਹ ਪ੍ਰੋਜੈਕਟ ਦੇ ਤਹਿਤ ਅੱਜ ਜ਼ਿਲ੍ਹਾ ਲੋਧਰਾਂ ਦੇ ਵਿੱਚ 58 ਸਪੈਸ਼ਲ ਫੈਮਿਲੀਜ਼ ਦੀ ਸਪੋਰਟ ਜਨਾਬ ਅਵਾਮੀ ਨੁਮਾਇੰਦਗਾਨ ਮੁਹਤਰਮ ਚੇਅਰਮੈਨ ਜ਼ਿਲ੍ਹਾ ਕੌਂਸਲ ਲੋਧਰਾਂ ਦੀ ਮੌਜੂਦਗੀ ਦੇ ਵਿੱਚ ਤਕਸੀਮ ਥੋੜ੍ਹੇ ਪਹਿਲਾਂ 58 ਜਾਨਵਰ ਇਹਦੇ ਵਿੱਚ ਦਮੀ ਅਤੇ ਮੰਜੀ ਹਨ ਤਾਜ਼ਾ ਸਾਰੇ ਵੀ ਆਇਆ ਹੋਇਆ 10 ਲੀਟਰ ਕੋਲੋਂ ਕਈ ਵੀ ਜਾਨਵਰ ਦਾ ਖੀਰ ਖਤਮ ਹੋਏ ਨਹੀਂ ਸਾਰੀ ਬਰਾਦਰੀ ਬਿਰਾ ਮੇਰੇ ਬੈਠਣ ਜਿਹੜਾ ਬੇਣੀ ਬੈਠਣ ਦਿਹਾਤੀ ਬੈਕਗਰਾਊਂਡ ਹੈ ਸਾਰੇ ਦੋਸਤਾਂ ਤੋਂ ਪਤਾ ਹੈ ਜਾਨਵਰਾਂ ਦੀ ਕੁਆਲਿਟੀ ਜਾਨਵਰਾਂ ਦੀ ਨਸਲ ਜਾਨਵਰਾਂ ਦੀ ਸਿਹਤ ਮੋਜ਼ਸ ਪ੍ਰੈਸ ਜਨਾਬ ਮਹਿਮਾਨ ਖਸੂਸੀ ਜਨਾਬ ਐਡੀਸ਼ਨਲ ਸੈਕਟਰੀ ਲਾਈਵ ਸਟਾਕ ਸਰਦਾਰ ਆਸ਼ਿਕ ਹੁਸੈਨ ਡੋਗਰ ਸਾਹਿਬ ਲਾਹੌਰ ਤਸ਼ਰੀਫ ਭੇਜਣਾ ਹਕੂਮਤ ਪੰਜਾਬ ਦੀ ਤਰਫੋਂ ਇਹਦੇ ਮਾਨੀਟਰਿੰਗ ਵਾਸਤੇ ਇਹਦੀ ਚੈਕਿੰਗ ਵਾਸਤੇ ਜਨਾਬ ਦੇ ਸਾਹਮਣੇ ਮੌਜੂਦ ਹੈ ਅੱਛਾ ਬੈਲਟਿੰਗ ਪਹਿਲੇ ਕਰਵਾ ਦਿੱਤੀ ਹੈ ਚੇਅਰਮੈਨ ਸਾਹਿਬ ਇੱਕ ਮੀਟਿੰਗ ਵਿੱਚ ਮਸਰੂਫ ਹਨ ਅਤੇ ਥੋੜ੍ਹੀ ਜਿਹੀ ਗਰਮੀ ਵੀ ਹੈ ਅਤੇ ਸਰ 58 ਮੇਰੇ ਅੰਮਾ ਬੇਣੀ ਦੀ ਉਹਨਾਂ ਦੇ ਖਾਨਦਾਨਾਂ ਵਾਸਤੇ ਜਾਨਵਰ ਦੇਵਣ ਵਾਸਤੇ 58 ਬੈਲਟਸ ਅੱਜ ਇੱਥੇ ਪਾਤੇ ਗਏ ਹਨ ਬੈਲਟਿੰਗ ਦਾ ਮਕਸਦ ਇਹ ਹੈ ਕਿ ਕਿਹੜੀ ਮੇਰੇ ਬੇਣ ਦੇ ਹਿੱਸੇ 'ਚ ਮੰਜ ਵੇਂਦੀ ਹੈ ਜਾਂ ਸਰਗਾ ਬੈਲਟਿੰਗ ਖਿੱਚ ਚੁੱਕੀ ਹੈ ਕੁਛ ਬੈਲਟਸ ਬਕਾਇਆ ਹੈ ਮੈਂ ਡਾਕਟਰ ਮੋਸ਼ਨ ਅਲੀ ਭੱਟੀ ਸਾਹਿਬ ਕੋਲ ਗੁਜ਼ਾਰਿਸ਼ ਕਰਦਾ ਆ ਕੇ ਬਕਾਇਆ ਅੰਮਾ ਬੀਬੇ ਦੇ ਨਾਂ ਪੁਕਾਰਨ ਤਾਂ ਕਿ ਬੈਲਟਸ ਮੁਕੰਮਲ ਕਰਕੇ ਮਹਿਮਾਨ ਖਸੂਸੀ ਦੇ ਦਸਤ ਮੁਬਾਰਕ ਦੇ ਨਾਲ ਜਾਨਵਰਾਂ ਦੀ ਤਕਸੀਮ ਦਾ ਸਿਲਸਿਲਾ ਸ਼ੁਰੂ ਕੀਤਾ ਵਜੇ ਮਿਹਰਬਾਨੀ ਅਸਲਾਮ ਅਲੈਕੁਮ ਜੀ ਸਰ ਬਹੁਤ ਸ਼ੁਕਰੀਆ ਸਰ ਆਪਕੀ ਇਜਾਜ਼ਤ ਸੇ ਹਮ ਖਵਾਤੀਨ ਜੋ 5 ਰਹਿ ਗਈ ਆਪਕੀ ਆਪਕੀ ਵਜ੍ਹਾ ਸੇ ਹਮ ਰੋਕਾ ਸਰ ਜੀ ਸਰ ਸੁਗਰਾ ਬੀਬੀ ਜੋਜਾ ਮਨਜ਼ੂਰ ਅਹਿਮਦ ਜਮਰਾਨੀ ਵਾਸੇ ਤਹਿਸੀਲ ਕਰੋੜ ਪੱਕਾ ਆਇਸ਼ਾ ਬੀਬੀ ਦੁਖਤਰ ਸਾਦੀਆ ਤਾਰਿਕ ਜੀ ਵੀ ਹੋ ਗਏ ਅਜ਼ਹਰ ਮਾਈ ਦੁਖਤਰ ਹੱਕ ਨਵਾਜ ਕੋਟਲਾ ਨਾਰਾਂਜਨ ਸੇ ਤਹਿਸੀਲ ਕਰੋੜ ਪੱਕਾ ਮਈ ਬੇਵਾ ਹੈ ਇਹ ਇਮਾਮ ਬਖਸ਼ ਕੀ ਚਾਹ ਬਸਤੀ ਮੇਲੇ ਵਾਲਾ ਸਾਹਿਬ ਉਸਤਦ ਗੁਲਾਮ ਫਾਤਮਾ ਹਾਫਿਜ਼ ਅਲਾ ਯਾਰ ਜੀ ਹਫੀਜ਼ ਮਾਈ ਬੇਰਾ ਹੈ ਇਮਾਮ ਬਖਸ਼ ਕੀ ਉਸਕੇ ਬਾਅਦ ਗੁਲਾਮ ਫਾਤਮਾ ਜੋਜਾ ਹਾਫਿਜ਼ ਅਲਾ ਯਾਰ ਚਾਹ ਪੀਰ ਵਾਲਾ ਸਾਹਿਬ ਚੌਥੀ ਨੰਬਰ ਬਾਰੇ ਕੋਈ ਜੀ ਗੁਲਾਮ ਫਾਤਮਾ ਉਸਕੇ ਬਾਅਦ ਜ਼ੇਬੋ ਮਾਈ ਜੋਜਾ ਮੁਹੰਮਦ ਰਮਜ਼ਾਨ ਸ਼ਾਹ ਮਾਹੀ ਵਾਲਾ ਗੁਲਾਮ ਫਾਤਮਾ ਬੀਬੀ ਦੀ ਮੰਚ ਨਿਕਲੀ ਹੈ 12 ਨੰਬਰ ਜੀ ਜ਼ੇਬੋ ਮਾਈ ਜ਼ੇਬੋ ਮਾਈ ਕੇ ਬਾਅਦ ਹੈ ਜੀ ਕਾਸਮਾ ਰਿਆਜ਼ ਦੁਖਤਰ ਸ਼ਮੀਨ ਮਾਈ ਦੀਨਪੁਰ ਸੇ ਜੀ ਜਿਤਨੇ ਅਫਰਾਦ ਖੜੇ ਉਸੇ ਦਰਖਾਸਤ ਕਰੂੰਗਾ ਕਿ ਉਹ ਨਿਸ਼ਿਸ਼ਤੋਂ ਪਰ ਤਸ਼ੀਫ ਰੱਖੇ ਅੰਮਾ ਤੁਹਾਡੀ ਗਾਂ ਨਿਕਲੀ 36 ਨੰਬਰ ਬਾਰੇ ਆਸਮਾ ਰਿਆਜ਼ ਟੁਕਰ ਸ਼ਮੀਮ ਆਈ
جی میں ڈاکٹر غلام دستگیر صاحب سے درخواست کروں گا جو دوست میرے کھڑے ہیں ان کو ذرا اپنی نشستوں پر بیٹھنے کا کہیے گا. جتنے دوست کھڑے ہیں پنڈال میں سب نشستوں پر تشریف رکھیں. جی آسمان بی بی اور یہ گان نکلی ہوگی نمبر کیوں بارے کی. جی سر بہت شکریہ آپ کے دستورے کے ایک انتہائی پریکٹیکل اور فائدہ مند اقدام حکومت پنجاب کا جن کا کہ میں سمجھتا پہلے دی بار تو جڑی بھی ساری حقدار بھینا ماوا کو یہ چیز ملتی پی ہے وہ یقیناً اب دے روزگار دے حوالے نال اب دی غذائی قلت دے حوالے نال اس تو بہت زیادہ فائدہ چاہیے. حکومت پنجاب حقیقت پسندانہ پالیسیاں دی وجہ تو اگر دیکھو تو ہم ہمیشہ اب دے انہا اقدامات دی وجہ تو مقبولیت چھوندا ہر آمن والے دن اضافہ تھیندا پیا ہے اور ہمیشہ جڑی چیز خلوص سے نیت نال کیتی وجے میں سمجھدا کہ وہ بہت زیادہ رنگ ہن پہ آندی ہے اور سارے وسیب جتھاں کہ اللہ تعالیٰ اور لائف سٹاک دے مختلف جتنے بھی بے پہلو ہیں اگر اسا انہاں کو صحیح معنی استعمال کروں تو کوئی وجہ نہیں کہ سارے دیہات دے لوگ خوشحال زندگی گزرے سن. ایک بڑا ہی آسان قدم ہے جیکو کہ میرا خیال ہے جتنا بھی سراہیا ونجے گھٹ ہے. ایک جانور جڑے اتھے اس لیے منجی موجود ہیں گاما موجود ہیں میں سمجھتا کہ بہترین کوالٹی اور ہوں ٹیم دی بھی بڑی کاوش ہے اور اس ٹیم کو بھی خراج تحسین میں دینا کہ جنہیں اتنے اچھے جانوروں نے انتخاب کیتا ہے بہت صحت مند جانور ہیں. اللہ تعالیٰ انہیں ماوا بھیڑا واسطے یہ باعث رحمت ہوئے اور انہوں کا میں دعا گو ہاں کہ انہوں کو انہوں کے روزگار میں بہترین اضافے کی صورت یہ چیزاں ملتے ہیں ان شاء اللہ. گورنمنٹ انہوں کے واسطے تمام سہولت بھی نال ڈپارٹمنٹ کے حوالے نال مہیا کرائی ہیں کہ انہوں کی جتنی بھی میڈیکل ضروریات ہیں ویٹنری کے حوالے نال تھوڑے کول ویٹنری آفیسرز پہلے بھی یونین کاؤنسل سطح پہ موجود ہیں تحصیل سطح سے موجود ہیں. ہوں ایک نواں قدم چاہتا ہے جڑا کہ اس موبائل وین کی صورت سے پے ہوئے کہ گورنمنٹ چاہتی ہے کہ اسا جدید تقاضا کے مطابق اور جدید ٹیکنالوجی کو یوز کریں دے ہوئے انہوں چیزوں کو اب دے واسطے بہتر سے بہتر استعمال کر سکوں. ہوں یہ جی موبائل سروس پرووائڈ کی گئی ہے انہوں کے نمبرز بھی موجود ہیں اج موبائل اور یہ ساری چیزیں چونکہ سارے کو اصل تو زیادہ بہتر استفادہ کر سکنے ہیں کہ یہ جڑا سٹاف لائف سٹاک ڈپارٹمنٹ کا تھوڑے کول آتے بہتر تو بہتر معلومات فراہم کرے سی انہوں جانوروں کی نگرانی کرے سن اگر کوئی جانور بیمار تھی وے تو ہم کو مفت دوائیاں مل سن اور خدا نہ خاصہ اگر کوئی جانور مر وے تو یہ بھی گورنمنٹ کی طرف بڑا اچھا انیشیٹو ہے کہ وہ مکمل انشورڈ ہے جانور اور وہ ویٹنری آفیسرز کے حوالے نال تساں انہاں کو اطلاع دسو اور وہ 15 دن کے اندر اندر اس جانور کو تاکہ نئے جانور نال ریپلیس کرنے کے پابند ہیں. تو گورنمنٹ آف پنجاب چاہے وفاقی گورنمنٹ ہوئے میں سمجھتا کہ ہمیشہ جو گورنمنٹ اب دے ملک پاکستان واسطے اب دے شہریاں واسطے دیہاتیاں واسطے مخلصانہ کاوش کریں تو وہ یقیناً عوام بچ بھی مقبول تھی اور اس قسم کی سکیمز جڑیاں کہ بڑی پریکٹیکل فائدہ مند اور روز اول تو ہی انہوں کا تو آپ کو نظر آتا ہے کہ کتنا بہترین چھوٹا گھرانہ یا خاص طور پہ جڑے اپنے بھرا بھینی نسبتاً سارے تو محرومیاں انہوں کو زیادہ ہیں اگر انہوں کی اس طرح کی مدد تھی وے تو نہ صرف انہوں کی عزت نفس بحال تھی دیے بلکہ انہوں کے کول ایک بہترین روزگار کا ذریعہ بھی ملتا ہے. بہت سارے صاحبان محکلے جانور گھن چکے ہیں اور باقیاں کو بھی نہ کو جانور ساری بیلٹنگ مکمل تھی چکی ہے تو ساں ایک دفعہ ول مبارکباد دے مستحق ہوئے اور میں کوشش کرے ساں کہ اس گورنمنٹ دے انیشیٹو کو مزید میں کو ہنے
ਡਾਇਰੈਕਟਰ ਸਾਹਿਬ ਦੱਸਦੇ ਪਏ ਹਨ ਕਿ ਅਸਾਂ ਈਦ ਤੋਂ ਬਾਅਦ ਕੁਝ ਪਤਖਾਂ ਵੀ ਗਵਰਨਮੈਂਟ ਦੀ ਤਰਫੋਂ ਹਨ ਕਿ ਪਤਖਾਂ ਦਿੱਤੀਆਂ ਵੈਸਨ ਤਾਂ ਕਿ ਹਰ ਸਤਾ ਦੇ ਉੱਤੇ ਜਾਨਵਰ ਵੀ ਮਿਲਣ ਪਤਖਾਂ ਵੀ ਮਿਲਣ ਇਸ ਤੋਂ ਪਹਿਲੇ ਬੱਕਰੀਆਂ ਵੀ ਮਿਲੀਆਂ ਹਨ ਇਸ ਤੋਂ ਬਾਅਦ ਵੀ ਮੁਖਤਲਿਫ ਗਵਰਨਮੈਂਟ ਦੀ ਸਕੀਮਸ ਆਉਂਦੀਆਂ ਪਈਆਂ ਹਨ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਦਾ ਦਾਇਰਾਕਾਰ ਵਸੀ ਕੀਤਾ ਵਣੇ ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਤੋਂ ਫਾਇਦਾ ਚਾਹ ਸਕਣ ਔਰ ਦਿਹਾਤ ਦੇ ਅੰਦਰ ਆਪਾਂ ਚੁੱਕੇ ਸਭ ਦਿਹਾਤੀ ਵਿਰਾ ਬੈਠੇ ਹੋਏ ਇੱਥੇ ਤਾਂ ਦਿਹਾਤ ਦੇ ਅੰਦਰ ਅਗਰ ਕੋਈ ਚੀਜ਼ ਸਭ ਤੋਂ ਜ਼ਿਆਦਾ ਕਾਸ਼ਤਕਾਰ ਤੋਂ ਫਾਇਦਾ ਦੇ ਸਕਦੀ ਹੈ ਤਾਂ ਉਹ ਲਾਈਵ ਸਟੋਕ ਹੈ ਕਿਉਂਕਿ ਲਾਈਵ ਸਟੋਕ ਦਾ ਇੱਕ ਤਾਂ ਕੋਈ ਇਤਨਾ ਇਜ਼ਾਫੀ ਖਰਚਾ ਨਹੀਂ ਹੁੰਦਾ ਸਾਡਾ ਘਾਹ ਸਾਡੀ ਜਿਤਨੀ ਵੀ ਜ਼ਰੂਰੀਅਤ ਚੀਜ਼ਾਂ ਹਨ ਜਾਨਵਰਾਂ ਦੇ ਹਵਾਲੇ ਨਾਲ ਉਸ ਅਕੂ ਕਮੋ ਬੇਸ਼ ਮੁਫਤ ਜਾਂ ਬਹੁਤ ਥੋੜ੍ਹੇ ਖਰਚੇ ਨਾਲ ਅਸਾਂ ਇਹਨਾਂ ਦੀ ਅਫਜ਼ਾਇਸ਼ ਕਰ ਸਕਦੇ ਹਾਂ ਔਰ ਲਾਈਵ ਸਟੋਕ ਨਾ ਸਿਰਫ ਹਲਾਲ ਮਾਲ ਦਾ ਪਾਲਣਾ ਸਵਾਬ ਹੈ ਬਲਕਿ ਸਾਡੇ ਆਪਦੇ ਵਾਸਤੇ ਉਹ ਇੱਕ ਬਿਹਤਰੀਨ ਜ਼ਰੀਏ ਆਮਦਨ ਵੀ ਹੈ ਔਰ ਤੁਸੀਂ ਇਵੇਂ ਸਮਝੋ ਕਿ ਤੁਹਾਡਾ ਬੈਂਕ ਦੇ ਅੰਦਰ ਡਿਪੋਜ਼ਿਟ ਵੀ ਹੈ ਕਿ ਜਿਹੜੇ ਵੇਲੇ ਤੁਸੀਂ ਮਰਜ਼ੀ ਜੋ ਤੁਸੀਂ ਇਹਦੇ ਵਿੱਚ ਰੋਜ਼ਾਨਾ ਇਨਕਮ ਜਨਰੇਟ ਕਰਨ ਦੇ ਵੇ ਤੁਹਾਡੀ ਨਾ ਸਿਰਫ ਉਹ ਆਪਣੀ ਗਜ਼ਾਈ ਜ਼ਰੂਰੀਅਤ ਪੂਰਾ ਕਰਨ ਦੇ ਬਲਕਿ ਇਜ਼ਾਫੀ ਇਨਕਮ ਤੁਹਾਡੇ ਆਉਣ ਵਾਲੇ ਕੱਲ੍ਹ ਵਾਸਤੇ ਬੱਚਤ ਦੀ ਸੂਰਤ ਵਿੱਚ ਤੁਹਾਡੇ ਕੋਲ ਮੌਜੂਦ ਹੁੰਦੀ ਹੈ ਔਰ ਤੁਹਾਡੇ ਰੋਜ਼ਮਰਾ ਦੇ ਛੋਟੇ ਮੋਟੇ ਅਖਰਾਜਾਤ ਬਲਕਿ ਅਗਰ ਹੀ ਕੋਈ ਇੱਕ ਅੱਛੇ ਮੁਨਜ਼ਮ ਤਰੀਕੇ ਨਾਲ ਕਰੋ ਤਾਂ ਸਾਡੀ ਬੱਚੀਆਂ ਜਿਨ੍ਹਾਂ ਦੀ ਸ਼ਾਦੀਆਂ ਥੀਆਉਣੀਆਂ ਹਨ ਉਹਨਾਂ ਦੀ ਤਾਲੀਮ ਦੇ ਉੱਤੇ ਖਰਚ ਥੀਆਉਣਾ ਹੈ ਉਹਨਾਂ ਦੀ ਸਿਹਤ ਦੇ ਹਵਾਲੇ ਨਾਲ ਸਾਨੂੰ ਅਖਰਾਜਾਤ ਚਾਹੀਦੇ ਨੇ ਤਾਂ ਇਹ ਬੜੇ ਆਸਾਨ ਤਰੀਕੇ ਨਾਲ ਇੱਥੋਂ ਹਾਸਿਲ ਕੀਤੇ ਵਾਂ ਸਕਦੇ ਨੇ ਅਤੇ ਇਸ ਕਿਸਮ ਦੀ ਪੋਲਿਸੀਜ਼ ਕੋ ਹਮੇਸ਼ਾ ਸਰਾਹਿਆ ਵਜਣਾ ਚਾਹੀਦਾ ਹੈ ਔਰ ਇਹ ਉਹ ਇਕਦਾਮ ਹਨ ਕਿ ਜਿਹੜੇ ਜਿਹੜੇ ਮਮਾਲਿਕ ਅਗਰ ਸਾਡੇ ਤੋਂ ਨਿਸਬਤਨ ਜ਼ਿਆਦਾ ਖੁਸ਼ਹਾਲ ਹਨ ਤਾਂ ਅਗਰ ਉਹਨਾਂ ਦਾ ਵੀ ਤੁਸੀਂ ਬਗੌਰ ਮੁਸ਼ਾਹਿਦਾ ਕਰੋ ਤਾਂ ਇਹ ਮਰਾਹਲ ਵਿੱਚੋਂ ਗੁਜ਼ਰ ਚੁੱਕੇ ਹਨ ਔਰ ਹਮੇਸ਼ਾ ਮੁਆਸ਼ਰੇ ਦੇ ਵਿੱਚ ਸਿਹਤਮੰਦ ਮੁਆਸ਼ਰਾ ਤਾਂ ਹੀ ਹੁੰਦਾ ਕਿ ਅਗਰ ਮੁਆਸ਼ਰੇ ਦੇ ਅੰਦਰ ਖੁਸ਼ਹਾਲੀ ਆਵੇ ਅਤੇ ਇਹ ਚੀਜ਼ਾਂ ਛੋਟੇ ਛੋਟੇ ਕਦਮ ਬਜ਼ਾਹਿਰ ਛੋਟੇ ਕਦਮ ਹਨ ਲੇਕਿਨ ਮੈਂ ਸਮਝਦਾ ਕਿ ਬਹੁਤ ਠੋਸ ਇਕਦਾਮ ਹਨ ਕਿ ਇਹਨਾਂ ਦੇ ਨਾਲ ਬਿਲਕੁਲ ਜਿਹੜਾ ਸਾਡਾ ਇੱਕ ਗਰਾਊਂਡ ਲੈਵਲ ਹੈ ਉੱਥੇ ਅਸਾਂ ਗੁਰਬਤ ਕਾਫੀ ਹੱਦ ਤੱਕ ਉਹਦੇ ਉੱਤੇ ਕੰਟਰੋਲ ਪਾ ਸਕਦੇ ਹਾਂ ਔਰ ਸਾਰੇ ਵਾਸਤੇ ਇੱਕ ਖੁਸ਼ਹਾਲ ਪਾਕਿਸਤਾਨ ਔਰ ਖੁਸ਼ਹਾਲ ਵਸੇਬ ਸਾਡਾ ਇੱਕ ਖਾਬ ਹੈ ਔਰ ਇਨਸ਼ਾ ਅੱਲਾਹ ਤਾਲਾ ਅੱਲਾਹ ਤਾਲਾ ਤੁਹਾਡੇ ਸਾਰੇ ਦੋਸਤਾਂ ਦੀ ਦੁਆਵਾਂ ਨਾਲ ਔਰ ਮਿਹਨਤ ਔਰ ਕਾਵਿਸ਼ ਨਾਲ ਔਰ ਇਹ ਸਾਰਾ ਇੱਕ ਟੀਮ ਵਰਕ ਹੈ ਇਕੱਲੀ ਗਵਰਨਮੈਂਟ ਕੁਝ ਨਹੀਂ ਕਰ ਸਕਦੀ ਇਕੱਲਾ ਇੱਕ ਸ਼ਖਸ ਵੀ ਕੁਝ ਨਹੀਂ ਕਰ ਸਕਦਾ ਆਪਾਂ ਕੋ ਬਤੌਰ ਮੁਆਸ਼ਰਾ ਸਭ ਕੋ ਰਲ ਤੇ ਆਪਦਾ ਰੋਲ ਅਦਾ ਕਰਨਾ ਚਾਹੀਦਾ ਹੈ ਇਹ ਸਾਰੇ ਅਫਸਰਾਨ ਵੀ ਜਿਹੜੇ ਇੱਥੇ ਮੌਜੂਦ ਹਨ ਸਭ ਮੈਂ ਸਮਝਦਾ ਕਿ ਮੁਬਾਰਕ ਦੇ ਮੁਸਤਹਿਕ ਹਨ ਕਿ ਅੱਜ ਇਤਨੀ ਗਰਮੀ ਵਿੱਚ ਵੀ ਇੰਨਾ ਇੱਕ ਮਿਸ਼ਨ ਬਣਾਇਆ ਹੈ ਕਿ ਜੋ ਕੁਝ ਜ਼ਿੰਮੇਦਾਰੀ ਗਵਰਨਮੈਂਟ ਦੀ ਤਰਫੋਂ ਹੈ ਇਹ ਤੁਹਾਡੇ ਦੋਸਤਾਂ ਦੀ ਮੁਹੱਬਤ ਔਰ ਤੁਹਾਡੇ ਦੋਸਤਾਂ ਦੇ ਖਿਦਮਤ ਵਾਸਤੇ ਇੱਥੇ ਮੌਜੂਦ ਹਨ ਕਿ ਅਸਾਂ ਜੋ ਸਾਕੂ ਚੀਜ਼ਾਂ ਜ਼ਿੰਮਾ ਲਾਈ ਗਈਆਂ ਉਸ ਤੋਂ ਵੀ ਵੱਧ ਤੇ ਕੋਸ਼ਿਸ਼ ਕਰੂੰ ਕਿ ਅਸਾਂ ਆਪਦੇ ਵਸੇਬ ਵਾਸਤੇ ਕੁਝ ਬਿਹਤਰੀ ਗਿਣ ਤੇ ਆ ਸਕੂੰ ਇਹਨਾਂ ਅਲਫਾਜ਼ ਦੇ ਨਾਲ ਮੈਂ ਤੁਹਾਨੂੰ ਸਭ ਨੂੰ ਇੱਕ ਦਫ਼ਾ ਦੁਬਾਰਾ ਮੁਬਾਰਕ ਦੇਣਾ ਔਰ ਕੋਸ਼ਿਸ਼ ਕਰੇ ਸੂ ਕਿ ਆਉਣ ਵਾਲੇ ਦਿਨ ਇਸ ਤੋਂ ਵੀ ਕੋਈ ਬਿਹਤਰ ਸਾਡੇ ਜ਼ਿਲ੍ਹੇ ਦੇ ਹਵਾਲੇ ਨਾਲ ਸਾਡੇ ਇਸ ਵਸੇਬ ਦੇ ਹਵਾਲੇ ਨਾਲ ਅਸਾਂ ਇਸ ਤੋਂ ਵੀ ਬਿਹਤਰ ਤੌਰ ਤੇ ਤੁਹਾਡੀ ਖਿਦਮਤ ਕਰ ਸਕੂੰ ਸ਼ੁਕਰੀਆ ਮੈਂ ਬਹੁਤ ਮਸ਼ਹੂਰ ਹਾਂ ਚੇਅਰਮੈਨ ਜ਼ਿਲ੍ਹਾ ਕੌਂਸਲ ਕਾ ਉਨਕੀ ਤਸ਼ਰੀਫ ਆਵਰੀ ਕਾ ਉਨਕੇ ਇਨ ਮੁਸਬਤ ਲਫਜ਼ੋਂ ਕਾ ਮੈਂ ਦਰਖਾਸਤ ਕਰੂੰਗਾ ਕਿ ਉਹ ਹਮਰਾ ਐਡੀਸ਼ਨਲ ਸੈਕਟਰੀ ਔਰ ਡਾਇਰੈਕਟਰ ਲਾਈਫ ਸਟਾਕ ਜਾਨਵਰ ਕੀ ਤਕਸੀਮ ਕਾ ਜੋ ਸਰ ਅਮਲ ਹੈ ਉਸਕੋ ਮੁਕੰਮਲ ਕਰੇ ਬੇਸਿਕਲੀ ਸਰਕਾਰੀ ਮੁਲਾਜ਼ਮ ਕੰਪਲੇਂਟ ਕੇ ਅਗੇਂਸਟ ਰਿਐਕਟ ਅਗਰ ਕੰਪਲੇਂਟ ਕੋ ਇਸ ਓਪੀਨੀਅਨ ਸੇ ਲਿਆ ਜਾਏ ਕਿ ਜ਼ਿੰਮੇਵਾਰੀ ਇਸ ਲਾਹ ਕੇ ਲਈ ਹੈ
एंड द पीपल्स आर आस्किंग देयर राइट्स कैसे निकलवाई जा सकती है मामला हल हो जाता है इसी के लिए इनका फायदा हो सकता है देसी बुढ़ियों का प्रेशर रिवाइव कर रहे हैं ऐसे और बहुत सारे इनिशिएटिव आई वुड लव टू सर आप कंफर्टेबल रहना चाहते हैं तो मैं आपके पूरी असेंबली को मैं और आवाज सब सर आकर ब्रीफिंग दे देंगे और सामने ये सामने देखें अम्मा जी दे सामने देख के चलो जी चलो जी सामने देखें जी अम्मा जी इधर देखो इधर देख के जी इधर सामने चलो जी नंबर तोड़ के ले आओ चलो भाई चलो बाबा जी चलो चलो जी चलो जी।